वाहेगुरु जी का खालसा, वाहेगुरु जी की फतेह। पंजाब सरकार वालों पंजाब भर में नवे राशन कार्ड डिपुआ दियां खाली असामियां की पूर्ति लई एप्लीकेशन की जिहड़ी मंग आ उह कीती गई आ। इसलिए कित्थे खाली असामियां हन, किवें अपलाई करना है ते की योग्यता है, यह सारी जानकारी अज आपां इस वीडियो में थोड़े नाल सांझी करांगे। तो उस तो पहला बेनती है कि जिहड़े साथी पहली बार साडे चैनल ते आए ने वो साडे चैनल नूं जरूर सबसक्राइब करन ਤਾਂ ਜੋ ਅਸੀਂ ਇਹੋ ਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਆ ਉਹ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਸੋ ਅੱਜ ਦੀ ਜਿਹੜੀ ਜਾਣਕਾਰੀ ਆਪੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਰਾਸ਼ਨ ਡਿਪੂ ਹੋਲਡਰ ਦੀ ਜਿਹੜੀਆਂ ਅਸਾਮੀਆਂ ਆ ਉਹਨਾਂ ਨੂੰ ਭਰਨ ਲਈ ਵੈਬਸਾਈਟ ਜਿਹੜੀ ਹੈਗੀ ਆ ਪੰਜਾਬ ਦੀ www.foodsupply.gov.in www.foodsupply.gov.in ते जाके लॉगिन करना पवेगा। इस विच कॉलम है लेटेस्ट इंफॉर्मेशन न्यूज़ और प्रेस रिलीज, ये जाके कलैक्ट करो। कलैक्ट करने तो बाद देखोगे इस विच मिति 23/12/2021 लिस्ट ऑफ डिपू वैकेंसीज जो कि PDF जी है फॉर्म हैगी ਉਹਦੇ ਵਿੱਚ ਸਾਨੂੰ ਦਿਸੇਗੀ, ਉਹਤੇ ਜਾ ਕੇ ਤੁਸੀਂ ਕਲਿੱਕ ਕਰਨਾ ਹੈ ਅਤੇ ਇਹਦੇ ਨਾਲ ਜਿਹੜੀ ਹੈ ਉਹ ਫਾਈਲ ਤੁਹਾਡੇ ਫੋਨ ਜਾਂ PC ਉੱਪਰ ਡਾਊਨਲੋਡ ਹੋ ਜਾਏਗੀ। ਇਹਨੂੰ ਡਾਊਨਲੋਡ ਕਰਨ ਤੋਂ ਬਾਅਦ ਇਹਦੇ ਵਿੱਚ ਜ਼ਿਲ੍ਹਾ ਵਾਈਜ਼ ਜਿਹੜੀਆਂ ਵੈਕੈਂਸੀਆਂ ਦੀ ਲਿਸਟ ਹੈਗੀ ਆ ਉਹ ਅਪਲੋਡ ਕੀਤੀ ਗਈ ਹੈਗੀ ਆ। ਤੁਸੀਂ ਆਪਣੇ ਜ਼ਿਲ੍ਹੇ ਦੀ ਲਿਸਟ ਦੇਖ ਕੇ ਜਿਹੜੀਆਂ ਵੈਕੈਂਸੀਆਂ ਦੀ ਕਿੰਨੀ ਲੋੜ ਹੈ, ਕਿਹੜੇ ਕਿਹੜੇ ਜ਼ਿਲ੍ਹੇ ਦੇ ਕਿਹੜੇ ਬਲਾਕ ਵਿੱਚ ਕਿੱਥੇ ਕਿੱਥੇ ਜਿਹੜੀਆਂ ਵੈਕੈਂਸੀਆਂ ਖਾਲੀ ਹਨ, ਇਹ ਸਾਰੀ ਜਾਣਕਾਰੀ ਤੁਸੀਂ ਇਹਦੇ ਵਿੱਚ ਜਾ ਕੇ ਦੇਖ ਸਕਦੇ ਹਾਂ। ਅਤੇ ਅਪਲਾਈ ਕਰਨ ਦੀ ਯੋਗਤਾ ਜਿਹੜੀ ਉਹ ਘੱਟੋ ਘੱਟ ਜਿਹੜੀ ਵਿੱਦਿਅਕ ਜੋ ਯੋਗਤਾ ਉਹ 10ਵੀਂ ਆ। ਇਹਦੇ ਵਾਸਤੇ ਇੱਕ ਆਧਾਰ ਕਾਰਡ, ਬੈਂਕ ਦੀ ਕਾਪੀ, 2 ਫੋਟੋਆਂ ਲੈ ਕੇ ਤੁਸੀਂ ਆਪਣੇ ਨਜ਼ਦੀਕੀ ਫੂਡ ਸਪਲਾਈ ਦਾ ਜਿਹੜਾ ਦਫ਼ਤਰ ਹੈਗਾ ਜਾਂ ਜ਼ਿਲ੍ਹਾ ਫੂਡ ਸਪਲਾਈ ਦਾ ਦਫ਼ਤਰ ਹੈਗਾ ਉੱਥੋਂ ਫਾਰਮ ਲੈ ਕੇ ਉੱਥੇ ਜਿਹੜਾ ਇਹ ਜਮ੍ਹਾਂ ਕਰਵਾ ਕੇ ਅਪਲਾਈ ਕਰ ਸਕਦੇ ਆ। ਸੋ ਇਸ ਲਿਸਟ ਵਿੱਚ ਜੇਕਰ ਤੁਹਾਡੇ ਜ਼ਿਲ੍ਹੇ ਦੇ ਵਿੱਚ ਖਾਲੀ ਵੈਕੈਂਸੀਆਂ ਹਨ ਤਾਂ ਇੰਤਜ਼ਾਰ ਨਾ ਕਰੋ, ਜਲਦ ਤੋਂ ਜਲਦ ਆਪਣੇ ਜਿਹੜੇ ਖੇਤਰ ਦੇ ਆਪਣੇ ਫੂਡ ਦੇ ਜਿਹੜੇ ਡਿਪੂ ਰਾਸ਼ਨ ਡਿਪੂ ਹੈਗੇ ਆ ਉਹਨਾਂ ਵਾਲੇ ਅਪਲਾਈ ਕਰੋ ਅਤੇ ਇਹਦਾ ਜਿਹੜਾ ਤੁਸੀਂ ਲਾਭ ਉਠਾਓ। ਸੋ ਇਹ ਸੀ ਅੱਜ ਦੀ ਜਾਣਕਾਰੀ ਅਤੇ ਆਸ ਹੈ ਕਿ ਜਿਹਨਾਂ ਨੂੰ ਫੂਡ ਸਪਲਾਈ ਦੇ ਜਿਹੜੀ ਅਸਾਮੀ ਹੈਗੀ ਆ ਭਰਨ ਵਾਸਤੇ ਜਿਹੜੇ ਜ਼ਰੂਰਤਮੰਦ ਆ ਉਹ ਜ਼ਰੂਰ ਇਸ ਵੀਡੀਓ ਤੋਂ ਲਾਹਾ ਲੈ ਕੇ ਜਲਦ ਤੋਂ ਜਲਦ ਜਿਹੜੀ ਆ ਉਹ ਅਪਲਾਈ ਕਰਨਗੇ। ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਹੀ ਜਿਹੜੀਆਂ ਨਵੀਆਂ ਵੈਕੈਂਸੀਆਂ ਜਿਹੜੀਆਂ ਨਿਕਲਦੀਆਂ ਹੈਗੀਆਂ ਪੰਜਾਬ ਦੀਆਂ ਜਾਂ ਹੋਰ ਕਿਤੇ ਵੀ ਨਿਕਲਦੀਆਂ ਹੈਗੀਆਂ ਉਹ ਲਗਾਤਾਰ ਅਸੀਂ ਪਹੁੰਚਾਉਣ ਦੀ ਤੁਹਾਡੇ ਤੱਕ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਹੋ ਜਿਹੀ ਵੀਡੀਓ ਲਗਾਤਾਰ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।